ਜ਼ਬਾਨ ਜਿਹੜੀਆਂ ਗੱਲਾਂ ਨਹੀਂ ਕਹਿ ਸਕਦੀ ਉਹਨਾਂ ਗੱਲਾਂ ਨੂੰ ਕੈਨਵਸ ਤੇ ਰੰਗਾਂ ਦੇ ਜ਼ਰੀਏ ਕਿਹਾ ਜਾ ਸਕਦਾ ਹੈ ਤੇ ਇੱਕ ਤਸਵੀਰ ਪੂਰੀ ਕਹਾਣੀ ਬਿਆਨ ਕਰ ਸਕਦੀ ਹੈ। ਕਰਾਚੀ ਆਰਟਸ ਕੌਂਸਲ ਦੀ ਫਰੀਦੀ ਆਰਟ ਗੈਲਰੀ ਵਿੱਚ ਨੌਜਵਾਨ ਆਰਟਿਸਟ ਦੀ ਬਣਾਈਆਂ ਗਈਆਂ ਤਸਵੀਰਾਂ ਦੀ ਨੁਮਾਇਸ਼ ਕੀਤੀ ਗਈ। ਇਹਨਾਂ ਤਸਵੀਰਾਂ ਵਿੱਚ ਪਾਕਿਸਤਾਨ ਦੀ ਔਰਤਾਂ ਨੂੰ ਦਰਪੇਸ਼ ਮੁਖਤਲਿਫ ਮਸਾਇਲ ਨੂੰ ਉਜਾਗਰ ਕੀਤਾ ਗਿਆ ਸੀ। ਆਪਣਾ ਨਿਊਜ਼ ਨਾਲ ਗੱਲਬਾਤ ਕਰਦਿਆਂ ਤਸਵੀਰਾਂ ਬਣਾਉਣ ਵਾਲੀ ਆਰਟਿਸਟ ਸਬੀਨ ਦਾ ਕਹਿਣਾ ਸੀ ਕਿ ਉਹਨਾਂ ਦਾ ਮਕਸਦ ਇਹਨਾਂ ਤਸਵੀਰਾਂ ਦੇ ਜ਼ਰੀਏ ਲੋਕਾਂ ਵਿੱਚ ਐਸੀ ਸੋਚ ਨੂੰ ਬੇਦਾਰ ਕਰਨਾ ਹੈ ਜਿਹਦੇ ਜ਼ਰੀਏ ਉਹ ਔਰਤਾਂ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਦੇ ਹੱਲ ਲਈ ਕੋਸ਼ਿਸ਼ ਕਰਨ। मैं सड़कों पे देखती थी कि ये जो औरतें किस तरह से काम कर रही हैं या औरतों के साथ ये सब कुछ हो रहा है, और अक्सर इस न्यूज़ देखती देखी जाती हैं कि भाई ये कारोकारी पर मार दिया फलां को, फलां को पसंद की शादी पे मार दिया, फलां को सिर्फ इसलिए मार दिया कि वो जो है बेटी पे बेटी होती जा रही है, 5-6 बेटियाँ हो गई घर में, छठी बेटी हुई तो उसको गला दबा के मार दिया। तो तब से 3 साल से मेरे माइंड में ये कॉन्सेप्ट चल रहा है कि मैं फ़ीमेल्स के लिए कुछ करूँ या मैं मतलब वो सारी चीज़ें, वो सारी बुराइयाँ दिखाऊँ इन कलर्स में जो कि लाखों का मजमा नहीं कह सकता। ਤਸਵੀਰਾਂ ਵੇਖਣ ਲਈ ਆਉਣ ਵਾਲੇ ਸ਼ਾਇਕੀਨ ਦਾ ਕਹਿਣਾ ਸੀ ਕਿ ਜਿਹੜੇ ਮਸਾਇਲ ਨੂੰ ਤਸਵੀਰਾਂ ਦੇ ਜ਼ਰੀਏ ਉਜਾਗਰ ਕੀਤਾ ਗਿਆ ਉਹ ਸਾਡੇ ਮੁਆਸ਼ਰੇ ਦੀ ਤਲਖ ਹਕੀਕਤ ਨੇ, ਪਰ ਕੋਈ ਵੀ ਇਹਨਾਂ ਮਸਾਇਲ 'ਤੇ ਗੱਲ ਨਹੀਂ ਕਰਦਾ। ਸ਼ਾਇਕੀਨ ਨੇ ਤਸਵੀਰਾਂ ਵਿੱਚ ਗਹਿਰੀ ਦਿਲਚਸਪੀ ਲਈ ਅਤੇ ਕਿਹਾ ਕਿ ਨੌਜਵਾਨਾਂ ਨੂੰ ਮੁਲਕ ਵਿੱਚ ਮੌਜੂਦ ਮਸਾਇਲ ਨੂੰ ਉਜਾਗਰ ਕਰਨ ਲਈ ਅਤੇ ਉਹਨਾਂ ਦਾ ਹੱਲ ਤਲਾਸ਼ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨੇ ਜੋ ਹੈ ਥੋੜ੍ਹਾ ਸਾ ਡਿਫਰੈਂਟ ਕੰਮ ਕੀਆ ਹੈ, ਅਸੀਂ ਉਹ ਚੀਜ਼ ਨਹੀਂ ਦਿਖਾ ਦੀ ਜੈਸੇ ਹਮ ਆਮ ਤੌਰ ਪਰ ਹਮਾਰੇ ਕੰਸੈਪਟ ਬਣਾ ਹੋਤੇ ਕਿ ਹਮ ਕਹੀਂ ਪੇਂਟਿੰਗ ਐਗਜ਼ੀਬਿਸ਼ਨ ਮੇਂ ਜਾਏਂਗੇ ਤੋ ਵੋ ਲਵ ਜਾਂ ਇਸੇ ਰਿਲੇਟਿਡ ਚੀਜ਼ੇ ਹੋਗੀ। ਇਹਨੇ ਰਿਐਲਿਟੀਜ਼ ਕੋ ਦਿਖਾਇਆ ਹੈ ਕਿ ਵਾਕਈ ਮੈਂ ਜੋ ਹੈ ਹਮਾਰੀ ਕੰਟਰੀ ਮੇਂ ਵਿਮੈਨ ਲਾਈਫ ਕੈਸੀ ਹੈ, ਕਿਆ ਹੋ ਰਹਾ ਹੈ ਉਨਕੇ ਸਾਥ। ਯੇ ਆਪਣੇ ਆਰਟਸ ਕੇ ਜ਼ਰੀਏ ਸੇ ਯੇ ਸਮਝਾਨਾ ਚਾਹਤੀ ਹੈ ਕਿ ਭਾਈ ਖਵਾਤੀਨ ਕੇ ਮਸਲੇ ਮਸਾਇਲ ਕਿਆ ਹੈ ਔਰ ਉਨਕਾ ਹੱਲ ਕਾ ਵੀ ਕਿਆ ਹੈ। ਤੋ ਯੇ ਬਹੁਤ ਅੱਛੀ ਕਾਵਿਸ਼ ਹੈ ਕਿ ਇਸ ਕੌਮ ਮੇਂ ਇਤਨਾ ਅੱਛਾ ਆਰਟਿਸਟ ਔਰ ਇਤਨੀ ਅੱਛਾ ਐਕਸਪ੍ਰੈਸ਼ਨਸ ਇਸਸੇ ਪਹਿਲੇ ਸ਼ਾਇਦ ਨਹੀਂ ਦੇਖਾ ਗਿਆ, ਔਰ ਇੱਕ ਬਹੁਤ ਅੱਛੀ ਕਾਵਿਸ਼ ਹੈ, ਇਸਕੋ ਜਿਤਨਾ ਵੀ ਐਪਰੀਸ਼ੀਏਟ ਕੀਆ ਜਾਏ ਕਮ ਹੈ। ਯੰਗਸਟਰ ਕੋ ਤੋ ਇਤਨਾ ਪਤਾ ਨਹੀਂ ਹੋਤਾ ਹੈ ਕਿ ਕਿਆ ਹੈ ਮੁਆਸ਼ਰੇ ਮੇਂ ਕਿਆ ਹੋ ਰਹਾ ਹੈ। ਤੋ ਜਬ ਯਹੀ ਚੀਜ਼ੇ ਦੇਖਤੇ ਹੈ ਯਹੀ ਇਨਸੇ ਪਤਾ ਚਲ ਜਾਤਾ ਹੈ ਕਿ ਮੁਆਸ਼ਰੇ ਮੇਂ ਔਰਤੋਂ ਕੇ ਸਾਥ ਕਿਆ ਮਸਾਇਲ ਹੈ, ਕਿਆ ਪ੍ਰੋਬਲਮਸ ਹੈ, ਉਨਕੋ ਕਿਸ ਤਰ੍ਹਾਂ ਸੇ ਸੋਲਵ ਕਰਨੇ ਕੇ ਬਾਰੇ ਮੇਂ ਬੰਦਾ ਸੋਚ ਸਕਤਾ ਹੈ, ਉਮੀਦ ਕੀ ਕਿਰਨ ਕੇ ਬਾਰੇ ਮੇਂ ਵੀ ਬੰਦਾ ਸੋਚ ਸਕਤਾ ਹੈ ਔਰ ਉਸਕੇ ਲਈ ਆਪਣਾ ਕਿਰਦਾਰ ਅਦਾ ਕਰ ਸਕਤਾ ਹੈ। ਦਿਸ ਇਜ਼ ਅਵੇਅਰਨੈਸ ਦੈਟ ਵਾਟ ਵਿਮਨ ਆਰ ਫੇਸਿੰਗ, ਇਹ ਪ੍ਰੋਬਲਮਸ ਜੋ ਵਿਮਨ ਕੋ ਰਹੀ ਹੈ, ਦੇ ਸ਼ੁਡ ਨੋ ਵਾਟਸ ਹੈਪਨਿੰਗ ਟੂ ਦੈਮ ਐਂਡ ਦੇ ਸ਼ੁਡ ਫਾਈਟ, ਐਵਰੀ ਵੂਮਨ ਸ਼ੁਡ ਫਾਈਟ। ਇਹੋ ਜਿਹੀ ਨੁਮਾਇਸ਼ਾਂ ਦੇ ਜ਼ਰੀਏ ਲੋਕਾਂ ਵਿੱਚ ਐਸੀ ਸੋਚ ਨੂੰ ਉਭਾਰਿਆ ਜਾ ਸਕਦਾ ਹੈ ਕਿ ਨਾ ਸਿਰਫ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਬਲਕਿ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਵੀ ਕਰਨ। ਇਹਨਾਂ ਤਸਵੀਰਾਂ ਦੇ ਜ਼ਰੀਏ ਔਰਤਾਂ ਦੇ ਮਸਾਇਲ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਲੋਕ ਇਹਨਾਂ ਨੂੰ ਦੇਖ ਕੇ ਇਹਨਾਂ ਮਸਾਇਲ ਦੇ ਹੱਲ ਲਈ ਸੋਚਣ। ਕੈਮਰਾਮੈਨ ਸਲੀਮ ਜਾਫਰੀ ਦੇ ਨਾਲ ਮੁਹੰਮਦ ਸਵੇਦ, ਆਪਣਾ ਨਿਊਜ਼, ਕਰਾਚੀ।